ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿਵੇਂ ਹੋ ਮੇਰੀ ਪਿਆਰੀ ਜੀ ਯੂਟਿਊਬ ਫੈਮਿਲੀ? ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਅਤੇ ਖੁਸ਼ਹਾਲ ਹੋਵੋਗੇ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮੈਂ ਵੀ ਠੀਕ ਠਾਕ ਹਾਂ। ਅਤੇ ਆਪਾਂ 2 ਹਫ਼ਤਿਆਂ ਬਾਅਦ ਫਿਰ ਦੁਬਾਰਾ ਮਿਲਣ ਦੇ ਹਾਂ। ਅਤੇ ਇੰਨੀ ਲੇਟ ਕਿਉਂ ਵਲੋਗ ਆਏ ਆ ਉਹ ਮੈਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸੂੰਗੀ, ਪਰ ਇਹ ਮੇਰਾ ਵਲੋਗ 13 ਅਤੇ 14 ਅਗਸਤ ਦਾ ਵਾ, ਅਤੇ ਵਿੱਚ ਹੀ ਰੱਖੜੀ ਦਾ ਵਲੋਗ ਆ, ਮਤਲਬ ਇਕੱਠਾ ਹੀ ਆ 2-3 ਵਲੋਗ, ਅਤੇ ਜਿਹੜੇ ਕਿ ਮੈਂ ਤੁਹਾਡੇ ਨਾਲ ਕਾਫੀ ਦਿਨਾਂ ਤੋਂ ਸ਼ੇਅਰ ਹੀ ਨਹੀਂ ਕਰ ਸਕੀ। ਵੀਡੀਓ ਮੈਂ ਥੋੜ੍ਹੀਆਂ ਥੋੜ੍ਹੀਆਂ ਸ਼ੂਟ ਕੀਤੀਆਂ ਸੀ ਬਟ ਸ਼ੇਅਰ ਹੀ ਨਹੀਂ ਕਰ ਪਾਈ, ਥੋੜ੍ਹੀ ਜਿਹੀ ਫੋਨ ਦੇ ਵਿੱਚ ਪ੍ਰੋਬਲਮ ਸੀ ਅਤੇ ਥੋੜ੍ਹਾ ਜਿਹਾ ਮੇਰਾ ਮੂਡ ਵੀ ਔਫ ਰਹਿੰਦਾ ਸੀ ਇਸ ਕਰਕੇ। ਅਤੇ ਇਹ ਹੈਗੀ ਆ ਜੀ 13 ਅਗਸਤ ਦੀ ਵੀਡੀਓ, ਉਹ ਵੀ ਰਾਤ ਦੀ 10 ਵਜੇ ਦੀ। ਅਤੇ ਅੱਜ ਸਾਰਾ ਦਿਨ ਜਾਲ ਵਾਲੇ ਲੱਗੇ ਰਹੇ, ਵੈਰਿੰਗ ਵਾਲੇ ਲੱਗੇ ਰਹੇ, ਟਾਈਮ ਹੀ ਨਹੀਂ ਮਿਲਿਆ। ਮੈਂ ਵੀ ਸਫਾਈਆਂ ਕਰਦੀ ਰਹੀ, ਵਲੋਗ ਕੋਈ ਨਹੀਂ ਸ਼ੂਟ ਕੀਤਾ, ਅਤੇ ਬਸ ਸ਼ਾਮ ਜੀ ਨੂੰ ਰਾਤ ਜੀ ਨੂੰ ਇਹ ਮਾੜਾ ਜਿਹਾ ਵਲੋਗ ਸ਼ੂਟ ਕੀਤਾ। ਅਤੇ ਲਓ ਜੀ ਅਗਲੇ ਦਿਨ ਦਾ ਤੁਹਾਡੇ ਨਾਲ ਵਲੋਗ ਸ਼ੇਅਰ ਕਰਨ ਜਾ ਰਹੀ ਹਾਂ, ਲੈਂਟਰ ਵਾਲਾ। ਜਿਸ ਦਿਨ ਆਪਣਾ ਲੈਂਟਰ ਪਿਆ ਸੀ ਵਾਹਿਗੁਰੂ ਦੀ ਕਿਰਪਾ ਨਾਲ, ਸੁੱਖ ਸੁੱਖਾਂ ਨਾਲ ਬਹੁਤ ਵਧੀਆ ਲੈਂਟਰ ਪੈ ਗਿਆ। ਅਤੇ 8:30 ਵਜੇ ਦਾ ਟਾਈਮ ਸੀ, ਸਾਰੇ ਕੰਮ ਧੰਦੇ ਕਰਕੇ ਮੈਂ ਫ੍ਰੀ ਹੋ ਗਈ ਸੀ, ਸਫਾਈਆਂ ਕਰ ਲਈਆਂ ਸੀ। ਅੱਜ ਸਵੇਰ ਦੀ ਉੱਠੀ ਹੋਈ ਸੀ, ਬਸ ਲੱਗੀ ਹੋਈ ਸੀ ਆਪਣੇ ਕੰਮ ਕਾਰ 'ਤੇ। ਅਤੇ ਇੱਥੇ ਸਾਡੇ ਕੋਲ 9 ਵਜੇ ਆਪਣੀ ਜਿਹੜੀ ਮਸ਼ੀਨ ਲੈਂਟਰ ਵਾਲੀ ਆ ਗਈ ਸੀ, ਅਤੇ ਆਪਣਾ ਜਿਹੜਾ ਰੋਟੀ ਪਾਣੀ ਦਾ ਪ੍ਰਬੰਧ ਉਹ ਚਾਚੀ ਕਰੇ ਸੀ। ਆਪਣੇ ਲੈਂਟਰ ਪੈਂਦੇ ਕਿੰਨਾ ਮੰਮ ਕਹਿੰਦੇ ਵਾ, ਬੜਾ ਹੀ ਸਮਾਨ ਢੋਇਆ ਮੇਰੇ ਪੁੱਤ ਨੇ ਸਵੇਰ ਦਾ, ਮਾਰ ਚਕਲੇ ਵੇਲਣੇ ਪ੍ਰਾਤਾ। ਉਹ ਪਕੌੜੇ ਡੀਕਣ ਦਿਆ ਕਿ ਪਕੌੜੇ ਖਾਣੇ, ਸਿਕੰਦਰ ਇੱਥੇ ਕਿਤੇ ਉਹ ਖੱਖਰ ਲੱਗੀ ਕਿਤੇ ਸੁਣਨਾ, ਮੈਨੂੰ ਕੀ ਕਹਿਣਾ ਪੋਤਾ, ਇੱਧਰ ਫੜਾ ਇੱਧਰ ਫੜਾ ਦੇ। ਹਾਂ ਇਹ ਨਹੀਂ ਖਰਾਬ ਹੋ ਜਾਂਦੀ, ਖਰਾਬ ਹੋ ਜਾਂਦੀ। ਹਲੋ ਕਹਣੀ ਬਾਤ ਆ, ਭਾਂਡਾ ਵਧੋ, ਇਹ ਛੋਟਾ ਵਾ ਬੁੱਧੀ। ਹਾਂ ਕੋਣੇ ਬੜੀ ਆ, ਭਰ ਕੇ ਭਰ ਗਈ ਆ, ਕਦੇ ਮੁੱਕਣੀ ਨਹੀਂ। ਹਾਂ ਚੱਲ ਕੋਣੀ ਬਾਲਦੀ ਬੁੱਧੀ ਵੀ ਖਾਂਦਾ, ਕੜਾਈ 'ਚ ਬਣਾਉਂਗੇ ਤੇ ਪਾ ਲਓ, ਤੀਨ ਰੋਟੀਆਂ ਲਾ ਲਓ। ਲਓ ਜੀ ਜਿਹੜਾ ਆਪਣਾ ਚਾਹ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਸੀ ਉਹ ਆਪਣਾ ਚਾਚੀ ਘਰੇ ਸੀ, ਅਤੇ ਇੱਥੇ ਮੈਂ ਲੈ ਕੇ ਜਾਂਦੀ ਸੀ ਪਕੌੜੇ ਅਤੇ ਚਟਨੀ, ਮਤਲਬ ਅਰਦਾਸ ਹੁੰਦੀ ਸੀ, ਅਰਦਾਸ ਹੋ ਕੇ ਫਿਰ ਹੀ ਆਪਣੀ ਜਿਹੜੀ ਮਸ਼ੀਨ ਸੀ ਚੱਲਣੀ ਸੀ। ਪਰ ਜਿੰਨੇ ਚਿਰ ਮੈਂ ਪਕੌੜੇ ਲੈ ਕੇ ਮੁੜੀ ਉੱਨੇ ਚਿਰ ਨੂੰ ਬਾਬਾ ਜੀ ਨੇ ਅਰਦਾਸ ਕਰਤੀ ਸੀ, ਅਤੇ ਮੇਰੇ ਖਿਆਲ ਨਾਲ ਮਤਲਬ ਬਰਫੀ ਦੇ ਬੇਸਣ ਦੇ ਡੱਬੇ ਲਿਆਉਂਦੇ ਸੀ 3, ਉਹਨਾਂ ਨੂੰ ਭੋਗ ਲਵਾਇਆ ਸੀ ਅਤੇ ਪਕੌੜਿਆਂ ਨੂੰ ਵੀ ਲਵਾਉਣਾ ਸੀ, ਅਤੇ ਮੈਂ ਲੈਣ ਚਲੇ ਗਈ, ਪਰ ਆਉਂਦਿਆਂ ਨੂੰ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਸੀ। ਚਲੋ ਕੋਈ ਨਾ, ਵੈਸੇ ਮੈਂ ਸ਼ਾਮਿਲ ਹੋਣਾ ਚਾਹੁੰਦੀ ਸੀ ਅਰਦਾਸ ਦੇ ਵਿੱਚ, ਪਰ ਮੇਰੇ ਕੋਲੋਂ ਹੋਇਆ ਨਹੀਂ ਗਿਆ। ਅਤੇ ਲਓ ਜੀ ਇੱਥੇ ਜਿਹੜਾ ਆਪਣਾ ਲੈਂਟਰ ਪੈਣਾ ਸ਼ੁਰੂ ਹੋ ਗਿਆ ਸੀ, ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਲੈਂਟਰ ਪਿਆ। ਜਿਉਂ ਮੇਰੇ ਖਿਆਲ ਨਾਲ ਪਰ 9:30 ਵਜੇ ਦੀ ਮਸ਼ੀਨ ਆਈ ਹੋਈ, ਮੇਰੇ ਖਿਆਲ ਨਾਲ 12 ਵਜੇ ਮਸ਼ੀਨ ਚਾਲੂ ਹੋਈ ਸੀ, ਕਿਉਂਕਿ ਜਿਹੜਾ ਅਸੀਂ ਸਮਾਨ ਸੀ ਮਤਲਬ ਲੈਂਟਰ ਦਾ ਉਹ ਅਸੀਂ ਨਾਲੋਂ ਨਾਲ ਹੀ ਮੰਗਾਇਆ ਸੀ, ਨਾਲੋਂ ਨਾਲ ਤੁਰੇ ਆਉਂਦਿਆ ਸੀ ਅਤੇ ਨਾਲੋਂ ਨਾਲ ਲੈਂਟਰ ਪਈ ਜਾਂਦਿਆ ਸੀ, ਅਤੇ 12 ਵਜੇ ਚਾਲੂ ਹੋਈ ਅਤੇ 6 ਵਜੇ ਆਪਣੀ ਜਿਹੜੀ ਮਸ਼ੀਨ ਸੀ ਹਟੀ ਸੀ। ਮਤਲਬ 5-6 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਆਪਣਾ ਲੈਂਟਰ ਪੈ ਗਿਆ ਸੀ ਬਹੁਤ ਹੀ ਜ਼ਿਆਦਾ ਵਧੀਆ ਪਿਆ। ਅਤੇ ਇਹ ਥੋੜ੍ਹੀ ਜਿਹੀ ਵੀਡੀਓ ਮੇਰੇ ਬ੍ਰਦਰ ਨੇ ਸ਼ੂਟ ਕੀਤੀ ਸੀ ਉੱਪਰੋਂ, ਅਤੇ ਸਰਦਾਰ ਜੀ ਹੁਣੀ ਵੀ ਸਾਰਾ ਦਿਨ ਨਾਲ ਹੀ ਲੱਗੇ ਰਹੇ, ਅਤੇ ਬਹੁਤ ਜ਼ਿਆਦਾ ਗਰਮੀ ਸੀ। ਵੈਸੇ
ਡਰ ਵੀ ਸੀ ਕਿ ਬੱਦਲ ਵੀ ਆਇਆ ਹੋਇਆ ਸੀ ਵਿੱਚੋਂ ਵਿੱਚੋਂ ਜੇ ਕਿ ਮੀਂਹ ਨਾ ਪੈ ਜੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਵਧੀਆ ਰਿਹਾ। ਅਤੇ ਪਰ ਨਾ ਨੈਕਸਟ ਡੇ ਜਿਹੜਾ ਕਿ ਮੀਂਹ ਪੈ ਗਿਆ ਸੀ ਉਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਊਂਗੀ। ਅਤੇ ਸੋ ਤੁਸੀਂ ਵੀਡੀਓ ਨੂੰ ਇੰਜੋਏ ਕਰਿਓ। ਅਤੇ ਸੋਰੀ ਇਸ ਲਈ ਕਿਉਂਕਿ ਮੈਂ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਆਪਣੇ ਜਿਹੜੇ ਲੈਂਟਰ ਪੈ ਦੀ ਵੀਡੀਓ ਸ਼ੇਅਰ ਕਰਨ ਦੀ ਹਾਂ। ਅਤੇ ਤੁਸੀਂ ਥੋੜ੍ਹਾ ਜਿਹਾ ਐਡਜਸਟਮੈਂਟ ਕਰਕੇ ਦੇਖ ਲਿਓ, ਕਿਉਂਕਿ ਤੁਹਾਨੂੰ ਵੀ ਥੋੜ੍ਹਾ ਜਿਹਾ ਲੱਗੇਗਾ ਕਿ ਇੰਨੀ ਲੇਟ ਵੀਡੀਓ ਕਿਉਂ ਪਾਈ ਆ। ਅਤੇ ਤੁਸੀਂ ਮੇਰੀ ਵੀ ਪ੍ਰੋਬਲਮ ਸਮਝੋ, ਕਿਉਂਕਿ ਇੱਕ ਤਾਂ ਬੱਚੇ ਮੇਰੇ ਬਹੁਤ ਜ਼ਿਆਦਾ ਤੰਗ ਕਰਦੇ ਆ, ਅਤੇ ਇੱਕ ਮੇਰਾ ਖੁਦ ਦਾ ਫੋਨ ਵੀ ਖਰਾਬ ਹੋਇਆ ਸੀ। ਅਤੇ ਲਓ ਜੀ ਆਪਣੀਆਂ ਜਿਹੜੀਆਂ ਚਾਨਣੀਆਂ ਚੁੰਨਣੀਆਂ ਲਾਤੀਆਂ ਸੀ, ਕਿਉਂਕਿ ਧੁੱਪ ਬਹੁਤ ਸੀ ਅਤੇ ਗਰਮੀ ਵੀ ਬਹੁਤ ਜ਼ਿਆਦਾ ਸੀ। ਅਤੇ ਚਾਹ ਪਾਣੀ ਦਾ ਆਪਣਾ ਜਿਹੜਾ ਕੰਮ ਸੀ ਉਹ ਚੱਲਣ ਦਿਆ ਸੀ, ਅਤੇ ਰੋਟੀ ਪਾਣੀ ਜਿਹੜੀ ਆਪਣੀ ਬਣ ਗਈ ਸੀ, ਰੈਡੀ ਹੋ ਗਈ ਸੀ। ਅਤੇ ਅਸੀਂ ਇੱਥੇ ਜਾਂਦੇ ਸੀ, ਇਹ ਮੇਰੀ ਨਨਾਣ ਆ ਚਾਚਾ ਜੀ ਦੀ ਬੇਟੀ, ਅਤੇ ਨਾਲ ਇੱਕ ਨਿੱਕੀ ਜਿਹੀ ਕੁੜੀ ਸੀ, ਉਹ ਨਾ ਉੱਪਰੋਂ ਆਈ ਹੋਈ ਸੀ, ਮਤਲਬ ਗੁਰਦੁਆਰਾ ਸਾਹਿਬ ਲਾਗੇ ਘਰ ਆ, ਉਹਨਾਂ ਦੀ ਬੇਟੀ ਆਈ ਹੋਈ ਸੀ ਅਤੇ ਉਹਨਾਂ ਨੂੰ ਛੱਡਣ ਜਾਣਾ ਸੀ। ਮੈਨੂੰ ਤਾਂ ਪਤਾ ਨਹੀਂ, ਬਟ ਇਹਨਾਂ ਨੇ ਛੱਡਣ ਜਾਣਾ ਸੀ। ਅਤੇ ਮੈਂ ਤਾਂ ਗੁਰਦੁਆਰੇ ਜਿਹੜਾ ਪ੍ਰਸ਼ਾਦਾ ਦੇਣ ਜਾਂਦੀ ਸੀ, ਅਤੇ ਗੁਰਦੁਆਰੇ ਤੁਹਾਨੂੰ ਦਿਖਾਉਂਦੀ ਹਾਂ। ਅਤੇ ਜੱਗ ਦੇ ਵਿੱਚ ਸਬਜ਼ੀ ਸੀ, ਅਤੇ ਲਿਫਾਫਿਆਂ ਦੇ ਵਿੱਚ ਸ਼ਾਇਦ ਰੋਟੀ ਚੌਲ ਇਹ ਸਾਰਾ ਕੁਝ ਸੀ, ਕਿਉਂਕਿ ਜਦੋਂ ਇੱਦਾਂ ਕੋਈ ਪ੍ਰੋਗਰਾਮ ਹੁੰਦਾ ਵਾ, ਕੋਈ ਵਿਆਹ ਸ਼ਾਦੀ ਆ, ਜਿਵੇਂ ਕੁਝ ਵੀ ਆ, ਜਿਹੜੀ ਰੋਟੀ ਕੱਢ ਕੇ ਪਹਿਲਾਂ ਬਾਬਾ ਜੀ ਨੂੰ ਹੀ ਦੇ ਕੇ ਆਉਂਦੇ ਹਾਂ, ਭੋਗ ਲਵਾਉਂਦੇ ਹਾਂ, ਅਤੇ ਫਿਰ ਆਪਣੀ ਜਿਹੜੀ ਘਰ ਵਰਤਾਉਂਦੇ ਹਾਂ। ਇੱਦਾਂ ਹੀ ਸਾਰੇ ਕਰਦੇ ਹੋਣੇ ਮੇਰੇ ਖਿਆਲ ਨਾਲ, ਅਸੀਂ ਤਾਂ ਇੱਦਾਂ ਹੀ ਕਰਦੇ ਹਾਂ, ਬਾਕੀਆਂ ਦਾ ਆਪਾਂ ਨੂੰ ਪਤਾ ਨਹੀਂ। ਅਤੇ ਲਓ ਜੀ ਗੁਰਦੁਆਰਾ ਸਾਹਿਬ ਦੇ ਵੀ ਕਰੋ ਦਰਸ਼ਨ, ਫਿਰ ਆਪਾਂ ਤੁਹਾਨੂੰ ਘਰ ਜਾ ਕੇ ਵੀ ਸਾਰਾ ਮਾਹੌਲ ਚਾਲ ਦਿਖਾਉਂਦੇ ਹਾਂ। ਇਹ ਸ਼ਾਮ ਦਾ ਟਾਈਮ ਹੋ ਗਿਆ ਸੀ, ਰੋਟੀ ਪਾਣੀ ਆਪਣਾ ਚੱਲਣ ਦਿਆ ਸੀ, ਮੇਰੇ ਖਿਆਲ ਨਾਲ 3 ਕੁ ਵਜੇ ਰੋਟੀ ਪਾਣੀ ਚੱਲਿਆ ਸੀ, 12 ਵਜੇ ਤੋਂ ਲੈ ਕੇ 2-2:30 ਵਜੇ ਤੱਕ ਚਾਹ ਪਕੌੜੇ, ਅਤੇ ਉਸ ਤੋਂ ਬਾਅਦ ਰੋਟੀ ਪਾਣੀ ਜਿਹੜਾ ਆਪਣਾ ਸ਼ੁਰੂ ਹੋ ਗਿਆ ਸੀ। ਅਤੇ ਤੁਹਾਨੂੰ ਉੱਧਰ ਤਾਂ ਵੀ ਥੋੜ੍ਹਾ ਮਾਹੌਲ ਚਾਲ ਦਿਖਾਉਂਦੀ ਹਾਂ, ਸਾਰੇ ਚਿੱਕੜ ਹੀ ਚਿੱਕੜ ਹੋਇਆ ਪਿਆ ਸੀ। ਅਤੇ ਆਹ ਦੇਖੋ ਜੀ ਜਿਹੜਾ ਸਮਾਨ ਸੀ ਆਪਣਾ ਨਾਲੋਂ ਨਾਲ ਹੀ ਆਉਣ ਦਿਆ ਸੀ, ਅਤੇ ਦੇਖ ਸਕਦੇ ਜੋ ਤੁਸੀਂ। ਅਤੇ ਕਿਉਂਕਿ ਸਾਡੇ ਥਾਂ ਥੋੜ੍ਹਾ ਸੀ ਨਾ, ਇਸ ਕਰਕੇ ਨਾਲੋਂ ਨਾਲ ਮੰਗਵਾਉਂਦਾ ਸੀ, ਥਾਂ ਜ਼ਿਆਦਾ ਹੁੰਦਾ ਅਤੇ ਫਿਰ ਤਾਂ ਮੰਗਵਾ ਲੈਂਦੇ ਪਹਿਲਾਂ, ਪਰ ਸਾਨੂੰ ਇਹ ਸੀ ਕਿ ਖਰਾਬ ਨਾ ਹੋ ਜਾਵੇ ਪਹਿਲਾਂ ਸੁਟਾਇਆ। ਫਿਰ ਅਸੀਂ ਸੋਚਿਆ ਕਿ ਜਿੱਦਣ ਲੈਂਟਰ ਪੈਣਾ ਵਾ ਉੱਦਣ ਹੀ ਸੁਟਾਈਏ। ਅਤੇ ਮੈਂ ਇੱਥੇ ਚਾਚਾ ਜੀ ਉਹਨਾਂ ਦੇ ਕੋਠੇ 'ਤੇ ਚੜ੍ਹੀ ਹੋਈ ਸੀ, ਅਤੇ ਥੋੜ੍ਹਾ ਜਿਹਾ ਲੈਂਟਰ ਰਹਿ ਗਿਆ ਸੀ, ਅਤੇ ਮੈਂ ਸੋਚਿਆ ਥੋੜ੍ਹੀ ਜਿਹੀ ਵੀਡੀਓ ਸ਼ੂਟ ਕਰ ਲਾਂ, ਅਤੇ ਦੇਖ ਸਕਦੇ ਜੋ ਕਿੰਨਾ ਵਧੀਆ ਲੈਂਟਰ ਪੈ ਗਿਆ ਵਾ। ਅਤੇ ਵੈਸੇ ਡਰ ਹੁੰਦਾ ਕਿ ਲੈਂਟਰ ਪੈਂਦਿਆਂ ਕੋਈ ਪਲੇਟ ਨਾ ਡਿੱਗ ਜੇ, ਕੋਈ ਮਤਲਬ ਬੱਲੀ ਨਾ ਡਿੱਗ ਜੇ, ਗਾਟਰ ਮਤਲਬ ਇਹੋ ਜਿਹੀ ਹੁੰਦੀ ਆ ਨਾ। ਅਤੇ ਪਰ ਕੁਝ ਨਹੀਂ ਇੱਦਾਂ ਦਾ ਹੋਇਆ, ਬਹੁਤ ਵਧੀਆ ਲੈਂਟਰ ਪੈ ਗਿਆ ਵਾ ਸੁੱਖ ਸੁੱਖਾਂ ਨਾਲ। ਵਾਹਿਗੁਰੂ ਇੱਦਾਂ ਹੀ ਕਿਰਪਾ ਬਣਾਈ ਰੱਖਣ ਸਾਰਿਆਂ 'ਤੇ, ਅਤੇ ਇੱਦਾਂ ਹੀ ਕੰਮ ਸਵਾਰਦੇ ਰਹਿਣ ਸਾਰਿਆਂ ਦੇ। ਸਾਡਾ ਤਾਂ ਬਹੁਤ ਵਧੀਆ ਸਵਾਰਿਆ ਵਾਹਿਗੁਰੂ ਜੀ ਨੇ। ਸੋ ਮੈਂ ਚਾਹੁੰਦੀ ਹਾਂ ਕਿ ਸਾਰਿਆਂ ਦੀ ਵਾਹਿਗੁਰੂ ਇੱਦਾਂ ਹੀ ਸੁਣੇ ਜਿਵੇਂ ਸਾਡੀ ਸੁਣੀ ਸੀ। ਕਦੇ ਇਸ ਥਾਂ ਦੇ ਵਿੱਚ ਇੱਕੋ ਕੋਠਾ ਹੁੰਦਾ ਸੀ, ਉਹ ਵੀ ਬਾਲਿਆਂ ਵਾਲਾ, ਅਤੇ ਅੱਜ ਵਾਹਿਗੁਰੂ ਨੇ ਕਿੱਡੀ ਵੱਡੀ ਕੋਠੀ ਪਾ ਦਿੱਤੀ ਹੈ। ਬਹੁਤ ਹੀ ਜ਼ਿਆਦਾ ਖੁਸ਼ੀ ਦਾ ਦਿਨ ਆ। ਅਤੇ ਸੋ ਬਹੁਤ ਜ਼ਿਆਦਾ ਚਾਅ ਚੜ੍ਹਿਆ ਹੋਇਆ ਸੀ ਲੈਂਟਰ ਦੇ ਉੱਪਰ, ਮਤਲਬ ਲੈਂਟਰ ਪੈਂਦਿਆਂ ਵਾ, ਅਤੇ ਜਿੱਥੋਂ ਤੱਕ ਰੱਬ ਨੇ ਇੱਥੋਂ ਤੱਕ ਇੰਨਾ ਪਹੁੰਚਾ ਤਾ, ਅੱਗੇ ਵੀ ਵਾਹਿਗੁਰੂ ਆਪ ਹੀ ਖੜਨਗੇ। ਅਤੇ ਅਸੀਂ ਜਿਹੜੀਆਂ ਪਾਸੇ ਵਾਲੀਆਂ ਕੰਧਾਂ ਸੀ ਉਹ ਪਹਿਲਾਂ ਹੀ ਪਲਸਤਰ ਕਰਵਾ ਲਈਆਂ ਸੀ, ਹੁਣ ਬਸ ਲੈਂਟਰ ਪੈਂਦਾ ਵਾ। 10-12 ਦਿਨਾਂ ਨੂੰ ਖੋਲ ਦੇਣਾ ਆਪਾਂ ਲੈਂਟਰ, ਅਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਕੋਠੀ ਵੀ ਪਲਸਤਰ ਆਪਣੀ ਕਰਾ ਹੀ ਲੈਣੀ ਨਾਲ ਲੱਗਦੇ ਹਾਂ ਹੱਥੀਂ। ਅਤੇ ਚਲੋ ਸਾਡੇ ਬਰਾਂਡੇ ਨੇ ਵੀ ਬਹੁਤ ਵਧੀਆ ਕੰਮ ਸਵਾਰਿਆ ਵਾ, ਅਤੇ ਬਹੁਤ ਵਧੀਆ ਹੈਲਪ ਕੀਤੀ ਸਾਡੇ ਬਰਾਂਡੇ ਨੇ, ਕਿਉਂਕਿ 2-3 ਮਹੀਨੇ ਹੋ ਗਏ ਸਾਨੂੰ ਉਹਦੇ ਵਿੱਚ ਰਹਿੰਦਿਆਂ ਨੂੰ। ਅਤੇ ਦੇਖੋ ਜੀ ਥੱਲੇ ਵਾਲਾ ਮੋਲ ਕਿੰਨਾ ਵਧੀਆ ਲੱਗਣ ਦਿਆ,
ਅਤੇ ਤੰਦੂਰ ਵਾਲੇ ਅਸੀਂ ਲਾਏ ਸੀ ਰੋਟੀਆਂ ਨੂੰ, ਅਸੀਂ ਆਪ ਨਹੀਂ ਲੱਗੀਆਂ, ਅਸੀਂ ਤੰਦੂਰ ਵਾਲੇ ਲਾ ਤੇ ਸੀ ਕਿਉਂਕਿ ਪ੍ਰਾਹੁਣੇ ਵੀ ਆਉਣੇ ਸੀ, ਇੱਕ ਜਿਹੜੇ ਮਸ਼ੀਨ ਵਾਲੇ ਬੰਦੇ ਉਹ ਵੀ ਕਾਫੀ ਜ਼ਿਆਦਾ ਜਾਣੇ ਸੀ ਅਤੇ ਇਸ ਕਰਕੇ ਔਖਾ ਹੋ ਜਾਣਾ ਸੀ ਬੁੜੀਆਂ ਨੂੰ ਪ੍ਰਸ਼ਾਦੇ ਨਹੀਂ ਸੀ ਲੱਥਣੇ ਬੀਬੀਆਂ ਤੋਂ, ਕਿਉਂਕਿ ਫਿਰ ਤੁਹਾਨੂੰ ਪਤਾ ਗਰਮੀ ਵੀ ਬਹੁਤ ਆ ਅਤੇ ਅੱਜ ਕੱਲ੍ਹ ਕੋਈ ਲਾ ਕੇ ਖੁਸ਼ ਵੀ ਨਹੀਂ ਹੁੰਦਾ, ਬੰਦਾ ਕਿੰਨੇ ਕੁ ਪਕਵਾਉਂਦਾ ਵਾ। ਅਤੇ ਚਲੋ ਜੀ, ਵਾਹਿਗੁਰੂ ਨੇ ਆਪੇ ਹੀ ਟਾਈਮ ਸਾਰ ਦਿੱਤਾ ਵਾ, ਅਤੇ ਇੱਦਾਂ ਹੀ ਵਾਹਿਗੁਰੂ ਸਾਰਿਆਂ ਦੇ ਕੰਮ ਸਵਾਰਦਾ ਰਹੇ। ਅਤੇ ਮੈਨੂੰ ਬਹੁਤ ਵਧੀਆ ਲੱਗਣ ਦਿਆ, ਮੈਨੂੰ ਉੱਤੋਂ ਕੋਠੇ ਤੋਂ ਵੀਡੀਓ ਬਣਾਉਂਦੇ ਸੀ ਅਤੇ ਥੱਲੇ ਦਾ ਮਾਹੌਲ ਚਾਲ ਬਹੁਤ ਵਧੀਆ ਲੱਗਣ ਦਿਆ ਸੀ। ਉੱਧਰ ਸਾਡੇ ਥਾਂ ਥੋੜ੍ਹਾ, ਇਸ ਕਰਕੇ ਅਸੀਂ ਇੱਧਰ ਹੀ ਹਲੇ ਸਾਰਾ ਕੁਝ ਕਰਦੇ ਹਾਂ। ਅਤੇ ਚਲੋ, ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਘਰ ਬਣ ਗਿਆ, ਹੁਣ ਆਪਣਾ ਥਾਂ ਵਾਧੂ ਖੁੱਲ੍ਹਾ ਹੋ ਜਾਣਾ ਵਾ। ਫਿਰ ਤਾਂ ਭਾਵੇਂ ਮਤਲਬ ਉੱਧਰ ਹੀ ਸਾਰਾ ਕੁਝ ਸਿਸਟਮ ਚੱਲ ਜਾਂਦਾ, ਪਰ ਬਰਾਂਡਾ ਵੀ ਥੋੜ੍ਹਾ ਜਿਹਾ ਛੋਟਾ ਵਾ, ਉੱਥੇ ਮਸਾਂ 4 ਹੀ ਮੰਜੇ ਡੱਠਦੇ ਆ, ਅਤੇ ਫਿਰ ਇੰਨਾ ਥਾਂ ਤੁਹਾਨੂੰ ਪਤਾ ਇੱਥੇ ਵੀ ਕਿੰਨਾ ਲੱਗ ਗਿਆ, ਅਤੇ ਉੱਥੇ ਥੋੜ੍ਹੇ ਜਿਹੇ ਥਾਂ ਦੇ ਵਿੱਚ ਕਿੰਨਾ ਕੁਝ ਬਣਾਉਣਾ ਪੈਣਾ ਸੀ, ਮਤਲਬ ਖਾਣ ਪੀਣ ਨੂੰ ਵੀ ਜਗ੍ਹਾ ਹੋਣੀ, ਫਿਰ ਇੰਨੇ ਜਾਣੇ ਪ੍ਰਾਹੁਣੇ ਵੀ ਆਏ ਸੀ, ਆਂਢ ਗੁਆਂਢ ਵੀ ਆਪਾਂ ਸਾਰਾ ਹੀ ਸੱਦਿਆ ਹੋਇਆ ਸੀ। ਅਤੇ ਲੈਂਟਰ ਦੇ ਉੱਪਰ, ਕਿਉਂਕਿ ਖੁਸ਼ੀ ਦਾ ਦਿਨ ਸੀ, ਸੱਦਣਾ ਤਾਂ ਬਣਦਾ ਹੀ ਆ। ਅਤੇ ਲਓ ਜੀ, 14 ਅਗਸਤ ਨੂੰ ਆਪਣਾ ਲੈਂਟਰ ਜਿਹੜਾ ਪੈ ਗਿਆ ਸੀ ਵਾਹਿਗੁਰੂ ਦੀ ਕਿਰਪਾ ਨਾਲ ਸੁੱਖ ਸੁਖਾਣਾ। ਅਤੇ ਇਹ ਹੈਗੀ ਆ ਜੀ 15 ਅਗਸਤ ਦੀ ਵੀਡੀਓ, ਅਤੇ ਆਜ਼ਾਦੀ ਦਿਵਸ ਵਾਲੇ ਦਿਨ ਦੀ ਵੀਡੀਓ। ਅਤੇ ਤੁਹਾਨੂੰ ਆਜ਼ਾਦੀ ਦੀਆਂ ਵੀ ਲੱਖ ਲੱਖ ਵਧਾਈਆਂ। ਹੁਣ ਮੈਂ ਥੋੜ੍ਹੀਆਂ ਜਿਹੀਆਂ ਲੇਟ ਦੇ ਰਹੀ ਹਾਂ, ਸੋ ਸੋਰੀ, ਕਿਉਂਕਿ ਮੈਂ ਵੀਡੀਓ ਤਾਂ ਬਣੀ ਸੀ, ਐਡੀਟਿੰਗ ਹੀ ਨਹੀਂ ਹੋਈ, ਥੋੜ੍ਹਾ ਜਿਹਾ ਮੈਂ ਆਪ ਵੀ ਨਹੀਂ ਸੀ ਠੀਕ, ਇਸ ਕਰਕੇ ਨਹੀਂ ਹੋਈ, ਅਤੇ ਫੋਨ ਵੀ ਖਰਾਬ ਸੀ, ਅਤੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੋਇਆ ਸੀ। ਅਤੇ ਇੱਥੇ ਪੂਰਾ ਗਾਂ ਮੱਛਿਆ ਪਿਆ ਸੀ ਲੈਂਟਰ ਵਾਲੇ ਦਿਨ, ਕੋਈ ਹਿਸਾਬ ਨਹੀਂ। ਇੱਥੇ ਮੇਰੇ ਖਿਆਲ ਨਾਲ ਸ਼ਰਦਾਈਆਂ ਦੇ ਰਗੜੇ ਲਾਏ ਸੀ, ਅਤੇ ਮੁੰਡਿਆਂ ਨੇ ਵਾਵਾ ਭਾਂਡੇ ਭੁੰਡੇ ਖਿਲਾ ਰਹੇ ਸੀ, ਬੀਬੀਆਂ ਨੇ ਵੀ ਖਿਲਾ ਰਹੇ ਸੀ। ਅਤੇ ਉੱਧਰਲਾ ਜਿਹੜਾ ਬੈੱਡ ਸੀ ਉਹ ਤਾਂ ਮੈਂ ਸਾਰਾ ਕਲੀਨ ਕਰ ਦਿੱਤਾ ਸੀ, ਅਤੇ ਇਹ ਰਹਿੰਦਾ ਸੀ, ਮੈਂ ਸੋਚਿਆ ਥੋੜ੍ਹੀ ਜਿਹੀ ਵੀਡੀਓ ਸ਼ੂਟ ਕਰ ਲਾਂ। ਅਤੇ ਜਿਹੜੇ ਕੱਲ੍ਹ ਦੇ ਸੌਦੇ ਬਚੇ ਹੋਏ ਸੀ ਉਹ ਵੀ ਮੈਂ ਸਾਂਭ ਲਏ ਸੀ ਆਪਣੇ, ਅਤੇ ਬਸ ਥੋੜ੍ਹਾ ਜਿਹਾ ਇੱਧਰਲਾ ਬੈੱਡ ਰਹਿ ਗਿਆ ਸੀ, ਬਹੁਤ ਗੰਦਾ ਹੋਇਆ ਸੀ, ਅਤੇ ਮੈਂ ਸੋਚਿਆ ਸਾਫ਼ ਕਰ ਹੀ ਲਵਾਂ, ਚੰਗੀ ਤਰ੍ਹਾਂ ਕਲੀਨ ਕਰ ਲਾਂ, ਫਿਰ ਆਪਣਾ ਜਿਹੜਾ ਰੋਟੀ ਪਾਣੀ ਦਾ ਵਾ ਦੇਖਦੇ ਹਾਂ ਕੀ ਕਰਨਾ। ਵੈਸੇ ਤੰਦੂਰ ਵਾਲੀਆਂ ਰੋਟੀਆਂ ਬਚੀਆਂ ਹੋਈਆਂ ਸੀ, ਅਤੇ ਸਬਜ਼ੀ ਵੀ ਹੈਗੀ ਸੀ, ਵੈਸੇ ਉਹੀ ਰਾਦਾ ਸੀ ਗਰਮ ਕਰਕੇ ਖਾਣ ਦਾ, ਅਤੇ ਸਵਾਦ ਵੀ ਬਹੁਤ ਜ਼ਿਆਦੀਆਂ ਲੱਗੀਆਂ, ਫਿਰ ਸਾਰਿਆਂ ਨੇ ਉਹੀ ਖਾਧੀਆਂ। ਅਤੇ ਲਓ ਜੀ, ਬਸ ਇੱਥੇ ਆਪਾਂ ਸਾਫ਼ ਸਫਾਈ ਆਪਣੀ ਕਰਨ ਦੇ ਸੀ। ਅਤੇ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਨੇ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ, ਅਤੇ ਵੀਡੀਓ ਨੂੰ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰਿਓ, ਕਿਉਂਕਿ ਮੈਂ ਪੇਕਿਆਂ ਦਾ ਵਲੋਗ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਇਹਦੇ ਵਿੱਚ, ਅਤੇ ਰੱਖੜੀਆਂ ਦਾ ਵਲੋਗ ਵੀ ਹੈਗਾ ਵਾ, ਸ਼ੇਅਰ ਕਰੂੰਗੀ ਇਸੇ ਵੀਡੀਓ ਦੇ ਵਿੱਚ, ਕਿਉਂਕਿ ਇਹ ਥੋੜ੍ਹੀ ਜਿਹੀ ਲੰਬੀ ਹੋ ਜੂਗੀ, ਕੋਈ ਪ੍ਰੋਬਲਮ ਨਹੀਂ, ਪਰ ਮੈਂ ਦੁਬਾਰਾ ਰੱਖੜੀਆਂ ਦਾ ਵਲੋਗ ਪਾਇਆ, ਮਤਲਬ ਇੱਦਾਂ ਫਿਰ ਵੱਖਰਾ ਵੱਖਰਾ, ਅਤੇ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਇਹ ਕਾਫੀ ਪੁਰਾਣਾ ਵਲੋਗ ਆ। ਅਤੇ ਇਸ ਕਰਕੇ ਵੈਸੇ ਮੈਂ ਇੰਨਾ ਲੇਟ ਕਦੀ ਤੁਹਾਡੇ ਨਾਲ ਵਲੋਗ ਸ਼ੇਅਰ ਨਹੀਂ ਕੀਤਾ, ਪਰ ਇਹ ਇੰਪੋਰਟੈਂਟ ਵੀਡੀਓ ਸੀ ਰੱਖੜੀਆਂ ਦਾ ਵੀ ਅਤੇ ਲੈਂਟਰ ਦਾ ਵੀ, ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ। ਉਸ ਉੱਦਾਂ ਭਾਵੇਂ ਮੈਂ ਰਹਿਣ ਵੀ ਦਿੰਦੀ ਕਿ ਕੋਈ ਪ੍ਰੋਬਲਮ ਨਹੀਂ ਸੀ ਕਿ ਨਾ ਸ਼ੇਅਰ ਕਰਦੀ, ਕੋਈ ਚੱਕਰ ਨਹੀਂ ਸੀ, ਪਰ ਲੈਂਟਰ ਦਾ ਅਤੇ ਰੱਖੜੀਆਂ ਦਾ ਵਲੋਗ ਮੇਨ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ, ਅਤੇ ਕਿਉਂਕਿ ਇਹ ਫਿਰ ਯਾਦਾਂ ਵੀ ਜੁੜ ਜਾਂਦੀਆਂ ਆਪਣੀਆਂ, ਅਤੇ ਗੱਲਾਂ ਬਾਤਾਂ ਵੀ ਰਹਿ ਜਾਂਦੀਆਂ, ਅਤੇ ਵੀਡੀਓ ਵੀ ਚੇਤੇ ਰਹਿੰਦੀ ਆ, ਫਿਰ ਤੁਹਾਨੂੰ ਪਤਾ ਇਹਦੇ ਵਿੱਚ ਆਪਣੀਆਂ ਜਿਹੜੀਆਂ ਹੁੰਦੀਆਂ ਵਾ ਯਾਦਾਂ ਉਹ ਸੇਵ ਹੋ ਜਾਂਦੀਆਂ ਯੂਟਿਊਬ 'ਤੇ, ਅਤੇ ਇਸੇ ਕਰਕੇ ਮੈਂ ਆਪਣਾ ਜਿਹੜਾ ਵਲੋਗ ਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਹਾਂ। ਅਤੇ ਇੱਥੇ ਲਓ ਜੀ, ਮੇਰੀ ਸਾਰੀ ਸਾਫ਼ ਸਫਾਈ ਹੋ ਗਈ ਸੀ, ਅਤੇ ਮੇਰੇ ਖਿਆਲ ਨਾਲ ਟਾਈਮ ਵੀ 10-11 ਵਜੇ ਦਾ ਹੋਣਾ ਵਾ, ਜ਼ਿਆਦਾ ਟਾਈਮ ਨਹੀਂ ਸੀ ਹੋਇਆ, 10 ਜਾਂ 11 ਵਜੇ ਦਾ ਟਾਈਮ ਸੀ, ਮੈਂ ਦੇਖਿਆ ਨਹੀਂ।
ਅਤੇ ਵੈਸੇ ਉੱਠੇ ਤਾਂ ਅਸੀਂ 7-8 ਵਜੇ ਹੋਏ ਸੀ, ਅਤੇ ਮੇਰਾ ਜਿਹੜਾ ਵੱਡਾ ਬ੍ਰਦਰ ਸੀ ਉਹ ਇੱਥੇ ਰਹਿ ਪਿਆ ਸੀ, ਅਤੇ ਪਾਪਾ ਅਤੇ ਨਿੱਕਾ ਬ੍ਰਦਰ ਚਲੇ ਗਏ ਸੀ, ਅਤੇ ਵੱਡੇ ਬ੍ਰਦਰ ਨੂੰ ਮਿਸ ਕਰਕੇ ਇੱਥੇ ਰੱਖ ਲਿਆ ਕਿਉਂਕਿ 18 ਤਰੀਕ ਨੂੰ ਰੱਖਣੀਆਂ ਸੀ। ਫਿਰ ਮੈਂ ਸੋਚਿਆ ਕਿ ਮੈਂ ਉਹਨੂੰ ਰੱਖ ਲੈਂਦੀ ਹਾਂ 2 ਦਿਨ, ਅਤੇ ਮੈਂ ਉਹਦੇ ਨਾਲ ਹੀ ਚੱਲ ਜੂੰਗੀ ਰੱਖੜੀਆਂ ਬੰਨਣ, ਅਤੇ ਇਸ ਕਰਕੇ ਮੈਂ ਉਹਨੂੰ ਇੱਥੇ ਰੱਖ ਲਿਆ। ਅਤੇ ਲਓ ਜੀ, ਕੱਲ੍ਹ ਦਾ ਜਿਹੜਾ ਲੈਂਟਰ ਵਾਲੇ ਦਿਨ ਦਾ ਕੋਈ ਗਾਹ ਮੱਚਿਆ ਹੋਇਆ ਪਿਆ ਸੀ, ਕੱਪੜਿਆਂ ਦਾ ਸਾਰਾ ਖਲਾਰਾ ਐਂ ਪਿਆ ਹੋਇਆ ਸੀ, ਉਹ ਆਪਾਂ ਸਾਂਭਦੇ ਹਾਂ ਅੱਜ। ਵੈਸੇ ਸਰੀਰ ਦੇ ਵਿੱਚ ਕੋਈ ਹਿੰਮਤ ਤਾਂ ਹੈਗੀ ਨਹੀਂ ਸੀ, ਪਰ ਸਾਂਭਣਾ ਜ਼ਰੂਰੀ ਸੀ ਕਿਉਂਕਿ ਤੁਹਾਨੂੰ ਪਤਾ ਲੈਂਟਰ 'ਤੇ ਕਿੰਨਾ ਕੰਮ ਪਿਆ। ਇੱਧਰੋਂ ਸਮਾਨ ਦੀ ਢੋਆ ਢਵਾਈ ਉੱਧਰ ਕੀਤੀ, ਉੱਧਰੋਂ ਫਿਰ ਇੱਧਰ ਕੀਤੀ, ਅਤੇ ਲੱਤਾਂ ਦੀ ਕੋਈ ਮਾਣ ਨਹੀਂ ਰਹੀ। ਸੱਚ ਦੱਸਾਂ ਇਸੇ ਕਰਕੇ ਨਾ ਮੇਰਾ ਸਰੀਰ ਥੋੜ੍ਹਾ ਜਿਹਾ ਢਿੱਲਾ ਹੋ ਗਿਆ ਸੀ, ਅਤੇ ਕਾਫੀ ਦਿਨ ਲੋਟ ਹੀ ਨਹੀਂ ਆਇਆ, ਥੱਕ ਜਾਂਦਾ ਨਾ ਸਰੀਰ ਫਿਰ ਇੰਨਾ ਕੰਮ ਕਰਕੇ। ਅਤੇ ਇੱਥੇ ਸਰਦਾਰ ਜੀ ਹੁਣੀ ਹਿਸਾਬ ਕਿਤਾਬ ਕਰਨ ਦੇ ਸੀ ਆਪਣੇ ਲੈਂਟਰ ਦਾ, ਆਪਣੇ ਪੈਸੇ ਧੇਲੇ ਦਾ, ਅਤੇ ਉਹ ਮੈਂ ਤੁਹਾਡੇ ਨਾਲ ਵੀਡੀਓ ਬਾਅਦ 'ਚ ਸ਼ੇਅਰ ਕਰੂੰਗੀ ਕਿ ਆਪਣਾ ਕਿੰਨਾ ਟੋਟਲ ਖਰਚਾ ਆ, ਕਿੰਨੇ ਪੈਸੇ ਲੱਗੇ, ਕਿੰਨਾ ਸਮਾਨ ਲੱਗਾ, ਉਹ ਮੈਂ ਤੁਹਾਡੇ ਨਾਲ ਅਲੱਗ ਤੋਂ ਵੀਡੀਓ ਸ਼ੇਅਰ ਕਰੂੰਗੀ। ਉਹ ਸਾਰਾ ਕੁਝ ਸਰਦਾਰ ਜੀ ਹੁਣੀ ਤੁਹਾਨੂੰ ਦੱਸਣਗੇ, ਫਿਰ ਤੁਹਾਨੂੰ ਪਤਾ ਮੈਨੂੰ ਇੰਨਾ ਚੀਜ਼ਾਂ ਦਾ ਪਤਾ ਨਹੀਂ ਹੈਗਾ। ਵੈਸੇ ਉਹਨਾਂ ਨੇ ਸਾਰਾ ਹਿਸਾਬ ਕਿਤਾਬ ਲਿਖਿਆ ਹੋਇਆ ਵਾ, ਅਤੇ ਜੇ ਤੁਸੀਂ ਕਹੋਗੇ ਫਿਰ ਹੀ ਵੀਡੀਓ ਸ਼ੇਅਰ ਕਰਨੀ, ਨਹੀਂ ਤਾਂ ਮੈਂ ਨਹੀਂ ਇੱਦਾਂ ਨਹੀਂ ਕਰਨੀ। ਅਤੇ ਲਓ ਜੀ, ਇੱਥੇ ਆਪਣੀਆਂ ਜਿਹੜੀਆਂ ਸਾਫ਼ ਸਫਾਈਆਂ ਸੀ ਚੱਲਣ ਦੀਆਂ ਸੀ, ਅਤੇ ਕੱਪੜੇ ਧੋਣ ਵਾਲੇ ਵੀ ਕਾਫੀ ਜ਼ਿਆਦਾ ਹੀ ਸੀ, ਅਤੇ ਅਸੀਂ ਫਿਰ ਚਾਚਾ ਜੀ ਹੁਣਾਂ ਘਰ ਗਏ ਸੀ ਉੱਧਰ, ਅਤੇ ਬੱਦਲ ਵੀ ਕਾਫੀ ਜ਼ਿਆਦਾ ਚੜ੍ਹਿਆ ਹੋਇਆ ਸੀ। ਉੱਧਰ ਅਸੀਂ ਇਸ ਕਰਕੇ ਗਏ ਸੀ ਕਿਉਂਕਿ ਜਿਹੜੇ ਭਾਂਡੇ ਲਿਆਂਦੇ ਸੀ ਨਾ ਕੱਲ੍ਹ, ਉਹ ਹਲੇ ਆਪਣੇ ਪੈਰ ਸੀ, ਉਹ ਹੁਣ ਛੱਡਣ ਜਾਣਾ ਸੀ, ਉਦੋਂ ਮੈਂ ਵੀਡੀਓ ਨਹੀਂ ਸ਼ੂਟ ਕੀਤੀ। ਅਤੇ ਸਰਦਾਰ ਜੀ ਹੁਣੀ ਵੀ ਉੱਥੇ ਵਲੌਗ ਆਪਣਾ ਸ਼ੂਟ ਕਰਨ ਦਿਆ ਸੀ, ਅਤੇ ਜਿਨ੍ਹਾਂ ਨੇ ਚੈਨਲ ਨੂੰ ਉਹਨਾਂ ਦੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਵਿਲੀਅਨਸ ਪੰਜਾਬ ਦੇ, ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਉਹ ਵੀ ਬਹੁਤ ਸੋਹਣੇ ਸੋਹਣੇ ਵਲੌਗ ਬਣਾਉਂਦੇ ਆ, ਪਰ ਉਹ ਬਣਾਉਂਦੇ ਬਿਲਕੁਲ ਛੋਟੇ ਜਿਹੇ ਆ, ਅਤੇ ਬਣਾਉਂਦੇ ਬਹੁਤ ਵਧੀਆ ਵਾ, ਅਤੇ ਕਿਉਂਕਿ ਉਹ ਬਾਹਰ ਘੁੰਮਦੇ ਫਿਰਦੇ ਰਹਿੰਦੇ ਆ, ਅਤੇ ਉਹ ਵੋਇਸ ਓਵਰ ਵੀ ਨਹੀਂ ਕਰਦੇ, ਸਿੰਪਲ ਵਲੌਗ ਬਣਾਉਂਦੇ ਆ। ਅਤੇ ਲਓ ਜੀ, ਵਲੌਗ ਸ਼ੂਟ ਕਰਕੇ ਅਸੀਂ ਥੱਲੇ ਆਣ ਕੇ ਹਲੇ ਰੋਟੀ ਪਾਣੀ ਖਾਧਾ ਹੀ ਸੀ ਕਿ ਮੀਂਹ ਨੇ ਤਾਂ ਆਪਣੀ ਨੇਰੀ ਲਿਆ ਵੀ ਦਿੱਤੀ। ਸਾਨੂੰ ਕੱਲ੍ਹ ਡਰ ਸੀ ਕਿ ਮੀਂਹ ਨਾ ਪੈ ਜੇ, ਪਰ ਲੈਂਟਰ ਤੋਂ ਅਗਲੇ ਦਿਨ ਹੀ ਮੀਂਹ ਪੈ ਗਿਆ ਸੀ, ਅਤੇ ਬਹੁਤ ਜ਼ਿਆਦਾ ਪਿਆ, ਥੋੜ੍ਹਾ ਵੀ ਨਹੀਂ ਪਿਆ, ਅਤੇ ਵੈਸੇ ਬਨੇਰਾ ਵੀ ਨਹੀਂ ਹਲੇ ਬੰਨਿਆ। ਅਤੇ ਤੁਹਾਨੂੰ ਪਤਾ ਬਨੇਰਾ ਵੱਜੇ ਤਾਂ ਫਿਰ ਹੀ ਪਾਣੀ ਰੁਕਦਾ, ਪਾਣੀ ਤਾਂ ਰੁਕਣਾ ਨਹੀਂ ਉੱਪਰ ਹੁਣ, ਅਤੇ ਬਨੇਰਾ ਹੁਣ ਸਵੇਰੇ ਬੰਨਣਗੇ ਸਰਦਾਰ ਜੀ ਹੁਣੀ। ਵੈਸੇ ਅੱਜ ਇਰਾਦਾ ਸੀ ਬੰਨਣ ਦਾ, ਅਤੇ ਪਰ ਅੱਜ ਤੁਹਾਨੂੰ ਪਤਾ ਮੀਂਹ ਆ ਗਿਆ, ਅਤੇ ਲਓ ਜੀ ਉਸ ਤੋਂ ਬਾਅਦ ਤਾਂ ਮੈਂ ਕੋਈ ਵਲੌਗ ਨਹੀਂ ਸ਼ੂਟ ਕੀਤਾ। ਲਓ ਜੀ, ਇਹ ਹੈਗੀ ਆ ਜੀ 17 ਅਗਸਤ ਦੀ ਵੀਡੀਓ, ਅਤੇ 16 ਅਗਸਤ ਨੂੰ ਮੈਂ ਸ਼ਾਮ ਨੂੰ ਆਪਣੇ ਪੇਕੇ ਘਰ ਆ ਗਈ ਸੀ, ਸਰਦਾਰ ਜੀ ਹੁਣੀ ਛੱਡਣ ਆਏ ਸੀ, ਨਾਲ ਹੀ ਮੇਰੇ ਬ੍ਰਦਰ ਸੀ ਇਹ ਵਾਲਾ ਗਗਨ, ਅਤੇ ਸਿਕੰਦਰ ਸੁਲਤਾਨ ਉਹਨਾਂ ਨੂੰ ਵੀ ਲਿਆਂਦਾ। ਕੱਲ੍ਹ ਸ਼ਾਮੀ ਆਏ ਸੀ, ਵਲੌਗ ਸ਼ੂਟ ਕਰਨ ਨੂੰ ਮਤਲਬ ਪੂਰਾ ਦਿਲ ਨਹੀਂ ਕੀਤਾ, ਬਿਲਕੁਲ ਵੀ ਕੀ ਹੁੰਦਾ ਵਾ, ਮਾਸਾ ਜਿੰਨਾ ਵੀ ਦਿਲ ਨਹੀਂ ਕੀਤਾ ਕਿ ਵਲੌਗ ਸ਼ੂਟ ਕਰਾਂ, ਪਰ ਮੈਨੂੰ ਇਹ ਸੀ ਕਿ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂ। ਪਰ ਮੈਂ ਪੂਰੇ 10 ਦਿਨ ਇੱਥੇ ਰਹਿ ਕੇ ਗਈ ਹਾਂ, ਕੋਈ ਵੀਡੀਓ ਨਹੀਂ ਸ਼ੇਅਰ ਕੀਤੀ, ਕੋਈ ਵਲੌਗ ਨਹੀਂ ਬਣਾਇਆ। ਅਤੇ ਸਿਕੰਦਰ ਤਿਆਰ ਹੋ ਕੇ ਆਪਣੇ ਪਾਪਾ ਦੇ ਨਾਲ ਹੀ ਪਿੰਡ ਨੂੰ ਚਲੇ ਗਿਆ ਸੀ। ਚੱਲਿਆ ਵਾ ਮੈਂ ਨਹੀਂ ਜਾਣਾ, ਨਹੀਂ ਜਾਣਾ। ਲਓ ਜੀ, ਸਰਦਾਰ ਜੀ ਉਹਨਾਂ ਨੂੰ ਤੋਰ ਕੇ ਆਪਾਂ ਸਾਰਾ ਦਿਨ ਕੀਤੀ ਰੈਸਟ, ਕੋਈ ਕੰਮ ਧੰਦਾ ਨਹੀਂ ਕੀਤਾ, ਕੋਈ ਵਲੌਗ ਨਹੀਂ ਸ਼ੂਟ ਕੀਤਾ। ਅਤੇ ਇਹ ਹੈਗੀ ਆ ਜੀ 18 ਅਗਸਤ ਦੀ ਵੀਡੀਓ,
ਸੰਡੇ ਦੀ ਵੀਡੀਓ ਆ, ਮਤਲਬ ਅੱਜ ਹੀ ਆਪਾਂ ਰੱਖੜੀਆਂ ਬੰਨ ਸਕਦੇ ਹਾਂ। ਕੱਲ੍ਹ ਵੈਸੇ ਰੱਖੜੀਆਂ 19 ਅਗਸਤ ਨੂੰ, ਪਰ ਪੈਂਚਕਾਂ ਉੱਤਰ ਜਾਣੀਆਂ, ਇਸ ਕਰਕੇ ਮੈਂ ਅੱਜ ਹੀ ਬੰਨਣੀਆਂ ਸੀ। ਅਤੇ ਸਵੇਰੇ ਸਵੇਰੇ ਮੈਂ ਲੱਗ ਪਈ ਸੀ ਆਪਣੀਆਂ ਸਾਫ਼ ਸਫਾਈਆਂ 'ਤੇ। ਤੁਹਾਨੂੰ ਪਤਾ ਵਾ, ਪੇਕੇ ਵੀ ਕੰਮ, ਸਹੁਰੇ ਵੀ ਕੰਮ, ਅਤੇ ਮੇਰੇ ਤਾਂ ਕੰਮ ਹੀ ਨਹੀਂ ਮੁੱਕਦੇ, ਕਿਉਂਕਿ ਫਿਰ ਇੱਥੇ ਵੀ ਨਾ ਕੋਈ ਹੈਗਾ ਨਹੀਂ ਆ, ਨਾ ਮੇਰੀ ਮੰਮਾ ਹੈਗੀ ਆ, ਨਾ ਕੋਈ ਸਿਸਟਰ ਹੈਗੀ ਆ, ਮੇਰੇ ਬ੍ਰਦਰ ਆ ਅਤੇ ਪਾਪਾ ਵਾ। ਅਤੇ ਤੁਹਾਨੂੰ ਪਤਾ ਫਿਰ ਬੰਦੇ ਇੰਨੀ ਕੇਅਰ ਨਹੀਂ ਕਰਦੇ, ਕਰਦੇ ਆ ਪਰ ਥੋੜ੍ਹੀ ਬਹੁਤੀ ਕਰਦੇ ਆ, ਕਿਉਂਕਿ ਉਹਨਾਂ ਦੇ ਸਿਰ 'ਤੇ ਹੀ ਮੇਰਾ ਪੇਕਾ ਘਰ ਆ। ਅਤੇ ਮੈਂ ਲੱਗੀ ਹੋਈ ਸੀ ਝਾੜੂ ਲਗਾਉਣ, ਬਹੁਤ ਜ਼ਿਆਦਾ ਵੱਡਾ ਵਿਹੜਾ। ਕੱਲ੍ਹ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਕਿੰਨਾ ਗਾਹ ਮੱਚਿਆ ਪਿਆ ਸੀ ਵਿਹੜੇ ਦੇ ਵਿੱਚ। ਇੱਕ ਰੁੱਖ ਬਹੁਤ ਜ਼ਿਆਦਾ ਆ ਵਿਹੜੇ ਦੇ ਵਿੱਚ, ਤੁਹਾਨੂੰ ਸੱਚੀ ਗੱਲ ਦੱਸਾਂ, ਰੁੱਖ ਇੰਨੇ ਜ਼ਿਆਦਾ ਆ, ਪੱਤੇ ਵੀ ਬਹੁਤ ਡਿੱਗਦੇ ਆ, ਅਤੇ ਝਾੜੂ ਵੀ ਨਹੀਂ ਫਿਰ ਮੇਰੇ ਬ੍ਰਦਰਾਂ ਤੋਂ ਰੋਜ਼ ਲੱਗਦਾ। ਤੁਹਾਨੂੰ ਪਤਾ ਫਿਰ ਔਖਾ ਹੁੰਦਾ, ਉਹਨਾਂ ਨਾਲ ਸਕੂਲ ਵੀ ਜਾਣਾ ਹੁੰਦਾ ਵਾ, ਕੰਮ ਧੰਦਾ ਵੀ ਕਰਨਾ ਹੁੰਦਾ, ਲੀੜਾ ਕੱਪੜਾ ਵੀ ਧੋਣਾ ਹੁੰਦਾ, ਅਤੇ ਫਿਰ ਤੁਹਾਨੂੰ ਪਤਾ ਔਖਾ ਹੋ ਜਾਂਦਾ। ਉਹ ਸੰਡੇ ਦੇ ਸੰਡੇ ਲਗਾਉਂਦੇ ਆ, ਪਰ ਤੁਹਾਨੂੰ ਪਤਾ ਫਿਰ ਬੱਚੇ ਇੰਨਾ ਜ਼ਿਆਦਾ ਵਧੀਆ ਲੱਗਦਾ ਨਹੀਂ। ਅਤੇ ਫਿਰ ਮੈਂ ਆਪਣੀਆਂ ਰੀਝਾਂ ਨਾਲ ਇਹ ਝਾੜੂ ਲਗਾਉਂਦੇ ਸੀ, ਅਤੇ ਉੱਧਰੋਂ ਕੱਢ ਕੇ ਐਡਾ ਵੱਡਾ ਵਿਹੜਾ, ਫਿਰ ਇੱਧਰੋਂ ਕੱਢਣ ਨਹੀਂ ਸੀ, ਅਤੇ ਬਹੁਤ ਜ਼ਿਆਦਾ ਵੱਡਾ ਵਿਹੜਾ ਸੀ, ਮੈਂ ਤਾਂ ਸੱਚੀ ਥੱਕ ਗਈ ਸੀ। ਅਤੇ ਰੋਟੀ ਪਾਣੀ ਹਾਲੇ ਆਪਣਾ ਕਰਨਾ ਸੀ, ਅਤੇ ਦਾਲ ਬਣਾਈ ਸੀ ਮੇਰੇ ਖਿਆਲ ਨਾਲ ਕੱਲ੍ਹ ਬਣਾਈ ਸੀ, ਮਤਲਬ ਜਦੋਂ ਸਰਦਾਰ ਜੀ ਹੋਣੀ ਗਏ ਸੀ ਉਦੋਂ ਦਾਲ ਬਣਾਈ ਸੀ ਬਾਅਦ ਵਿੱਚ ਸ਼ਾਮਾਂ ਨੂੰ। ਅਤੇ ਸੁਲਤਾਨ ਮੇਰੇ ਕੋਲ ਸੀ, ਸਿਕੰਦਰ ਆਪਣੇ ਪਾਪਾ ਦੇ ਨਾਲ ਚਲੇ ਗਿਆ। ਮੈਂ ਪੂਰੇ 10 ਦਿਨੀ ਆਪਣੇ ਮਤਲਬ ਸਹੁਰੇ ਗਈ ਸੀ, ਆਪਣੇ ਪੂਰੇ 10 ਦਿਨ ਪੇਕੇ ਘਰ ਰਹਿ ਕੇ ਗਈ ਸੀ। ਮਤਲਬ ਮੈਨੂੰ ਇਹ ਸੀ ਮੈਂ ਇਹਨਾਂ ਦੀਆਂ ਥੋੜ੍ਹੀਆਂ ਬਹੁਤੀਆਂ ਸਫਾਈਆਂ ਵੀ ਕਰ ਜਾਂ, ਕੱਪੜੇ ਵੀ ਧੋ ਜਾਂ। ਤੁਹਾਨੂੰ ਪਤਾ ਘਰਾਂ ਦੇ ਵਿੱਚ 100 ਕੰਮ ਹੁੰਦੇ ਆ ਜਿਹੜੇ ਤਾਂ ਮੁੱਕਦੇ ਨਹੀਂ ਆ ਡੇਲੀ ਦੇ ਡੇਲੀ, ਪਰ ਮੈਨੂੰ ਇਹ ਹੁੰਦਾ ਕਿ ਮੈਂ 2-3 ਮਹੀਨੇ ਆਈ ਹਾਂ, ਅਤੇ ਜਿਹੜਾ ਕੰਮ ਆ ਥੋੜ੍ਹਾ ਬਹੁਤਾ ਕਰ ਜਾਂ। ਇਹ ਕਿ ਮੈਂ ਆਈ ਵੀ ਲੇਟ ਆ, ਮੇਰੇ ਖਿਆਲ ਨਾਲ ਮੈਂ ਮਾਰਚ ਦੀ ਆਈ ਸੀ, ਜੁਲਾਈ 'ਚ ਆਈ, ਅਤੇ ਜੁਲਾਈ 'ਚ ਤੁਹਾਨੂੰ ਪਤਾ ਮੇਲੇ 'ਤੇ ਸਿਰਫ 2 ਦਿਨ ਰਹੀ ਹਾਂ, ਅਤੇ 2 ਦਿਨਾਂ ਦੇ ਵਿੱਚ ਕੀ ਹੁੰਦਾ, ਕੁਝ ਵੀ ਨਹੀਂ ਹੁੰਦਾ, ਅਤੇ ਗੱਲਾਂ ਬਾਤਾਂ ਨਹੀਂ ਮੁੱਕਦੀਆਂ। ਵੈਸੇ ਆਈ ਸੀ ਮੈਂ ਜੁਲਾਈ ਦੇ ਵਿੱਚ ਮੇਲਾ ਦੇਖਣ, ਅਤੇ ਤੁਹਾਨੂੰ ਪਤਾ ਉਦੋਂ ਆਪਣੇ ਘਰ ਵੀ ਮਿਸਤਰੀ ਲੱਗੇ ਸੀ, ਫਿਰ ਉੱਧਰ ਦਾ ਵੀ ਦੇਖਣਾ ਪੈਣਾ ਸੀ, ਅਤੇ ਇੱਥੋਂ ਦਾ ਕੁਝ ਨਹੀਂ ਹੋਇਆ। ਇੱਥੋਂ ਦਾ ਮੈਂ ਕੀਤਾ ਹੋਇਆ ਵਾ, ਜਦੋਂ ਦੇ ਮਤਲਬ ਮਿਸਤਰੀ ਲੱਗੇ ਹੈ ਨਾ, ਉਦੋਂ ਦੇ 3-4 ਮਹੀਨੇ ਮੈਂ ਆਈ ਨਹੀਂ ਆ, ਪਹਿਲਾਂ ਦਾ ਹੀ ਮਤਲਬ ਜੋ ਕੰਮ ਧੰਦਾ ਜਿਹੜਾ ਨਿਬੇੜ ਕੇ ਗਈ ਸੀ, ਲੀੜਾ ਕੱਪੜਾ ਧੋ ਗਈ ਸੀ, ਬਿਸਤਰੇ ਧੋ ਗਈ ਸੀ। ਅਤੇ ਤੁਹਾਨੂੰ ਪਤਾ ਫਿਰ ਰੋਜ਼ ਦੇ ਪਾਉਣ ਵਾਲੇ ਕੱਪੜੇ ਤਾਂ ਰੋਜ਼ ਡੇਲੀ ਹੋ ਜਾਂਦੇ ਆ, ਅਤੇ ਗਗਨ ਹੋਣੀ ਇੰਨਾ ਧਿਆਨ ਨਹੀਂ ਕਰਦੇ, ਮੇਰੇ ਬ੍ਰਦਰ ਹੋਣੀ ਉਹ ਹਫ਼ਤੇ ਬਾਅਦ ਜੇ ਉਹਨਾਂ ਦਾ ਦਿਲ ਕਰੇ ਧੋ ਲੈਂਦੇ ਆ, ਨਹੀਂ ਤਾਂ ਕੱਟ-ਕੱਟ ਪਾਈ ਜਾਂਦੇ ਰਹਿੰਦੇ ਆ। ਅਤੇ ਚਲੋ ਬੱਚੇ ਆ, ਥੋੜ੍ਹੇ ਜਿਹੇ ਸਿਆਣੇ ਹੋਣਗੇ, ਫਿਰ ਆਪਣੇ ਆਪ ਹੀ ਉਹਨਾਂ ਨੂੰ ਮਤਲਬ ਆਊਗੀ ਕਿ ਅਸੀਂ ਕੰਮ ਕਰਨਾ ਵਾ, ਥੋੜ੍ਹੀ ਜਿਹੀ ਸੋਝੀ ਆਊਗੀ ਉਹਨਾਂ ਨੂੰ, ਹਾਲੇ ਨਿਆਣੇ ਆ, ਚਲੋ ਉਹਨਾਂ ਨੇ ਵੀ ਆਪਣੀ ਲਾਈਫ ਇੰਜੋਏ ਕਰਨੀ। ਚਲੋ ਥੋੜ੍ਹੇ ਜਿਹੇ ਸਿਆਣੇ ਹੋ ਜਾਣਗੇ, ਫਿਰ ਆਪਣੇ ਆਪ ਹੀ ਸਾਰਾ ਕੁਝ ਉਹਨਾਂ ਨੂੰ ਸਮਝ ਆਜੂਗਾ ਕਿ ਸਾਡਾ ਘਰ ਆ, ਅਸੀਂ ਕੰਮ ਕਰਨਾ। ਵੈਸੇ ਹੁਣ ਵੀ ਸਮਝਦੀ ਹਾਂ, ਚਲੋ ਕੋਈ ਚੱਕਰ ਨਹੀਂ ਆ। ਅਤੇ ਝਾੜੂ ਲਗਾ ਕੇ ਫਿਰ ਮੈਂ ਰੋਟੀ ਬਣਾਈ, ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋਤੇ ਥੋੜ੍ਹੇ ਬਹੁਤੇ, ਨਹਾ ਧੋ ਕੇ ਰੈਡੀ ਹੋ ਗਏ, ਕਿਹੜਾ ਮਾਂ ਦਾ ਤੋਤਾ ਹੈ, ਕਿਹੜਾ ਮਾਂ ਦੀ
ਮੱਥਾ ਟੇਕ ਕੇ ਬਾਹਰ ਆ ਕੇ ਸਾਡੇ ਨਾ ਗੁਰਦੁਆਰਾ ਸਾਹਿਬ ਪੀਂਘ ਬੰਨ੍ਹ ਦਿੰਦੇ ਆ, ਮਤਲਬ ਜਦੋਂ ਸੌਣ ਦਾ ਮੇਲਾ ਲੰਘਦਾ ਨਾ ਉਸ ਤੋਂ ਬਾਅਦ ਜਲਦੀ ਹੀ ਬੰਨ੍ਹ ਦਿੰਦੇ ਆ ਅਤੇ ਪੂਰਾ ਸੌਣ ਬੱਝੀ ਰਹਿੰਦੀ ਆ। ਵੈਸੇ ਭਾਦੋਂ ਦੇ ਵਿੱਚ ਖੋਲ੍ਹ ਦਿੰਦੇ ਆ ਪਰ ਐਤਕੀ ਇਹਨਾਂ ਨੇ ਖੋਲ੍ਹੀ ਨਹੀਂ ਆ। ਫਿਰ ਮੈਂ ਸੋਚਿਆ ਥੋੜ੍ਹੇ ਜਿਹੇ ਝੂਟੇ ਲੈ ਲਈਏ ਅਤੇ ਮਤਲਬ ਸੌਣ ਤੋਂ ਬਾਅਦ 'ਚ ਭਾਦੋਂ ਦੇ ਵਿੱਚ ਫਸਟ ਟਾਈਮ ਮੈਂ ਪੀਂਘ ਝੂਟ ਰਹੀ ਹਾਂ ਅਤੇ ਇਹ ਹੈਗੇ ਮੇਰੇ ਪਾਪਾ ਅਤੇ ਨਾਲ ਉਹਨਾਂ ਦਾ ਦੋਤਾ ਸੁਲਤਾਨ ਅਤੇ ਰੋਬਨ ਮੇਰਾ ਨਿੱਕਾ ਬ੍ਰਦਰ ਵੀਡੀਓ ਬਣਾਉਣ ਦਿਆ ਸੀ ਅਤੇ ਬਹੁਤ ਇੰਜੋਏ ਕੀਤਾ, ਬਹੁਤ ਮਸਤੀ ਕੀਤੀ ਆ। ਅਤੇ ਦੇਖੋ ਜੀ ਪੇਕਾ ਘਰ ਹੈ ਹੀ ਇਹੋ ਜਿਹੀ ਚੀਜ਼ ਆ ਕਿ ਜਿੱਥੇ ਆ ਕੇ ਵੈਸੇ ਦੁੱਖ ਵੀ ਮਿਲ ਜਾਂਦਾ ਵਾ, ਸੁੱਖ ਵੀ ਮਿਲ ਜਾਂਦਾ। ਵੈਸੇ ਮੈਨੂੰ ਤਾਂ ਟੈਨਸ਼ਨ ਲੱਗੀ ਰਹਿੰਦੀ ਆ ਕਿਉਂਕਿ ਤੁਹਾਨੂੰ ਪਤਾ ਫਿਰ ਕੋਈ ਘਰ ਸੰਭਾਲਣ ਵਾਲਾ ਨਹੀਂ ਹੈਗਾ, ਫਿਰ ਮੈਂ ਆ ਕੇ ਸਾਰਾ ਕੁਝ ਆਪ ਕਰਦੀ ਹਾਂ, ਦੁੱਖ ਜਾ ਤਾਂ ਲੱਗਦਾ ਹੀ ਆ। ਅਤੇ ਚਲੋ ਕੋਈ ਨਾ, ਅਤੇ ਇੱਥੇ ਮੈਂ ਖਰੀਦੀਆਂ ਰੱਖੜੀਆਂ ਅਤੇ ਸਭ ਤੋਂ ਪਹਿਲਾਂ ਮੈਂ ਬੰਨੀ ਆਪਣੇ ਸੁਲਤਾਨ ਪੁੱਤ ਨੂੰ ਅਤੇ ਉਸ ਤੋਂ ਬਾਅਦ ਆਈ ਫਿਰ ਮੇਰੇ ਬ੍ਰਦਰਾਂ ਦੀ ਵਾਰੀ। ਅਤੇ ਲਓ ਜੀ ਇੱਥੇ ਸਿਕੰਦਰ ਨਹੀਂ ਸੀ ਹੈਗਾ, ਬਸ ਸਿਕੰਦਰ ਦੀ ਘਾਟ ਰੜਕਦੀ ਸੀ, ਹੋਰ ਕੁਝ ਨਹੀਂ ਸੀ। ਅਤੇ ਬਹੁਤ ਕਰਮਾਂ ਵਾਲਾ ਦਿਨ ਹੁੰਦਾ ਉਹਨਾਂ ਭੈਣਾਂ ਵਾਸਤੇ ਜਿਨ੍ਹਾਂ ਦੇ ਬ੍ਰਦਰ ਉਹਨਾਂ ਦੇ ਕੋਲ ਹੁੰਦੇ ਆ, ਕਈਆਂ ਭੈਣਾਂ ਦੇ ਬਾਹਰ ਵੀ ਗਏ ਹੁੰਦੇ ਆ, ਕਈਆਂ ਦੇ ਭੈਣਾਂ ਦੇ ਆਰਮੀ 'ਚ ਵੀ ਹੁੰਦੇ ਆ, ਮਤਲਬ ਦੁੱਖ ਜਿਹਾ ਤਾਂ ਹੁੰਦਾ ਹੀ ਆ। ਜਿਨ੍ਹਾਂ ਦੇ ਇਸ ਦਿਨ ਤਿਉਹਾਰ 'ਤੇ ਵੀਰਨਾ ਕੋਲ ਹੋਵੇ ਤਾਂ ਬਹੁਤ ਔਖਾ ਆਉਂਦਾ ਵਾ, ਪਰ ਵਾਹਿਗੁਰੂ ਜੀ ਸਾਰੀਆਂ ਭੈਣਾਂ ਨੂੰ ਇੱਕ ਇੱਕ ਵੀਰ ਜ਼ਰੂਰ ਦੇਣ। ਜਿਨ੍ਹਾਂ ਦੇ ਨਹੀਂ ਵੀ ਹੁੰਦੇ ਉਹਨਾਂ ਨੂੰ ਵੀ ਬਹੁਤ ਦੁੱਖ ਹੁੰਦਾ ਵਾ, ਪਰ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੋ ਤੋਂ ਤਿੰਨ, ਇੱਕ ਚਾਚਾ ਜੀ ਦਾ ਬੇਟਾ ਵਾ ਉਹਨੂੰ ਵੀ ਮੈਂ ਰੱਖੜੀ ਬੰਨ੍ਹੀ ਸੀ, ਪਰ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਕਿਉਂਕਿ ਉਹ ਵੀਡੀਓ 'ਚ ਆਉਣਾ ਨਹੀਂ ਉਹ ਚਾਹੁੰਦੇ, ਅਤੇ ਇਸ ਕਰਕੇ ਮੈਂ ਵੀਡੀਓ ਨਹੀਂ ਸ਼ੂਟ ਕੀਤੀ। ਅਤੇ ਇਹ ਹੈਗਾ ਜੀ ਮੇਰਾ ਰੋਬਨ ਬ੍ਰਦਰ, ਸਭ ਤੋਂ ਨਿੱਕਾ ਬ੍ਰਦਰ ਮੇਰਾ, ਅਤੇ ਗਗਨ ਨੂੰ ਮੈਂ ਬਾਅਦ ਵਿੱਚ ਬੰਨ੍ਹੀ ਸੀ, ਉਹ ਘਰ ਸੀ, ਉਹ ਵਾਲੇ ਨਹਾ ਧੋ ਕੇ ਹਟਿਆ, ਉਹ ਕੱਪੜੇ ਪਾਉਂਦਿਆ ਸੀ, ਅਤੇ ਮੈਂ ਕਿਹਾ ਜਲਦੀ ਜਲਦੀ ਪਾ ਲਾ ਕੱਪੜੇ ਫਿਰ ਰੱਖੜੀ ਬਣਾ ਲਾ। ਸ਼ਾਮ ਦਾ ਟਾਈਮ ਸੀ ਮੇਰੇ ਖਿਆਲ ਨਾਲ 4-5 ਵਜੇ ਦਾ ਟਾਈਮ ਸੀ, ਸਵੇਰੇ ਤੁਹਾਨੂੰ ਪਤਾ ਫਿਰ ਸੋਮਵਾਰ ਪੈਂਚਕਾਂ ਉਤਰ ਗਈਆਂ ਸੀ, ਇਸ ਕਰਕੇ ਮੈਂ ਐਤਵਾਰ ਨੂੰ ਹੀ ਆਪਣੇ ਵੀਰਾਂ ਦੇ ਰੱਖੜੀਆਂ ਬੰਨ੍ਹਤੀਆਂ ਸੀ। ਇੱਥੇ ਮੈਂ ਪੂਰੀ ਉਲਝੀ ਹੋਈ ਸੀ, ਰੱਖੜੀਆਂ ਅਟਕੀਆਂ ਹੋਈਆਂ ਸੀ ਅਤੇ ਉਹਨਾਂ ਨੂੰ ਬਸ ਖੋਲ੍ਹਣ 'ਤੇ ਲੱਗੀ ਹੋਈ ਸੀ। ਲਓ ਜੀ ਸੁੱਖ ਸੁੱਖਾਂ ਨਾਲ ਮੈਂ ਆਪਣੇ ਛੋਟੇ ਬ੍ਰਦਰ 'ਤੇ ਵੀ ਰੱਖੜੀ ਬੰਨ੍ਹਣ ਲੱਗੀ ਸੀ, ਅਤੇ ਜਿਹੜਾ ਸਾਡਾ ਲੈਂਟਰ ਸੀ ਉਹ ਵੀ ਬਹੁਤ ਸੁੱਖ ਸੁੱਖਾਂ ਨਾਲ ਪੈ ਗਿਆ, ਅਤੇ ਰੱਖੜੀਆਂ ਦਾ ਦਿਨ ਤਿਉਹਾਰ ਵੀ ਬਹੁਤ ਸੁੱਖ ਸੁੱਖਾਂ ਨਾਲ ਆਇਆ। ਕਿ ਨਹੀਂ ਤਾਂ ਮੈਂ 4 ਸਾਲਾਂ ਦੇ ਵਿੱਚ ਫਸਟ ਟਾਈਮ ਆਪਣੇ ਪੇਕੇ ਰੱਖੜੀਆਂ ਲੈ ਕੇ ਗਈ ਹਾਂ। 4 ਸਾਲ ਹੋ ਗਏ ਸਾਡੇ ਵਿਆਹ ਨੂੰ, ਅਤੇ 4 ਸਾਲਾਂ ਦੇ ਵਿੱਚ ਸਿਰਫ ਫਸਟ ਟਾਈਮ ਮੈਂ ਰੱਖੜੀ ਲੈ ਕੇ ਗਈ ਹਾਂ। ਫਸਟ ਈਅਰ 'ਚ ਜਦੋਂ ਸਾਡੀ ਮੈਰਿਜ ਹੋਈ ਸੀ ਉਦੋਂ ਸਰਦਾਰ ਜੀ ਦੇ ਨਾਲ ਮਤਲਬ ਫੁੱਫੜ ਜੀ ਦੀ ਡੈਥ ਹੋ ਗਈ ਸੀ, ਅਤੇ ਸੈਕਿੰਡ ਈਅਰ 'ਚ ਉਹਨਾਂ ਦੀ ਨਾਨੀ ਜੀ ਦੀ ਡੈਥ ਹੋ ਗਈ ਸੀ, ਫਿਰ ਇੱਦਾਂ ਮਤਲਬ ਥਰਡ ਈਅਰ 'ਚ ਮੇਰੇ ਖਿਆਲ ਨਾਲ ਉਦੋਂ ਵੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਡੈਥ ਹੋ ਗਈ ਸੀ। ਅਤੇ ਮੇਰੀਆਂ ਜਿਹੜੀਆਂ ਤਿੰਨੇ ਰੱਖੜੀਆਂ ਸੀ ਬਹੁਤ ਮਤਲਬ ਬੈਡ ਲੰਘੀਆਂ, ਅਤੇ ਜਿਹੜੀ ਚੌਥੀ ਰੱਖੜੀ ਸੀ 4 ਸਾਲਾਂ ਦੇ ਵਿੱਚ ਫਸਟ ਰੱਖੜੀ ਜਿਹੜੀ ਕਿ ਮੇਰੀ ਐਤਕੀ ਸੁੱਖ ਸੁੱਖਾਂ ਨਾਲ ਆਈ ਸੀ। ਅਤੇ ਵਾਹਿਗੁਰੂ ਇੱਦਾਂ ਹੀ ਹਰ ਸਾਲ ਸੁੱਖ ਸੁੱਖਾਂ ਨਾਲ ਰੱਖੜੀ ਲਿਆਉਣ, ਅਤੇ ਮੈਂ ਆਪਣੇ ਸੋਹਣੇ ਵੀਰਾਂ ਦੇ ਗੁੱਟਾਂ 'ਤੇ ਰੱਖੜੀ ਸਜਾਵਾਂ, ਅਤੇ ਬਹੁਤ ਦਿਲ ਨੂੰ ਸਕੂਨ ਮਿਲਦਾ ਵਾ, ਅਤੇ ਵੀਰਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ, ਅਤੇ ਭੈਣਾਂ ਨੂੰ ਵੀ ਵਾਧੂ ਖੁਸ਼ੀ ਹੁੰਦੀ ਆ। ਅਤੇ ਲਓ ਜੀ ਤੁਸੀਂ ਕਰੋ ਵੀਡੀਓ ਨੂੰ ਫਿਰ ਤੋਂ ਦੁਬਾਰਾ ਇੰਜੋਏ, ਕਿਉਂਕਿ ਮੈਂ ਐਡਿਟ ਕੀਤੀ ਹੋਈ ਸੀ ਇਹ, ਮਤਲਬ ਇੰਸਟਾਗ੍ਰਾਮ 'ਤੇ ਰੀਲ ਵੀ ਬਣਾਈ ਸੀ। ਅਤੇ ਲਓ ਜੀ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ। ਅਤੇ ਪਲੀਜ਼ ਵੀਡੀਓ ਨੂੰ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰਿਓ, ਅਤੇ ਜਿਹੜੇ ਚੈਨਲ 'ਤੇ
ਫਸਟ ਟਾਈਮ ਆਏ ਨੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਆਪਣੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਆ। ਸੋਰੀ ਇਸ ਕਰਕੇ ਮੈਂ ਫਿਰ ਤੋਂ ਸੋਰੀ ਬੋਲ ਰਹੀ ਹਾਂ ਕਿ ਮੈਂ ਤੁਹਾਡੇ ਨਾਲ ਵੀਡੀਓ ਲੇਟ ਸ਼ੇਅਰ ਕਰਨ ਦੀ ਹਾਂ, ਅਤੇ ਸੋ ਸੋਰੀ। ਅਤੇ ਹੁਣ ਆਪਾਂ ਡੇਲੀ ਵਲੋਗਿੰਗ ਕਰਿਆ ਕਰਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ। ਅਤੇ ਚਲੋ ਜੀ, ਬਾਏ, ਫਿਰ ਟੇਕ ਕੇਅਰ।